ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਟੂ ਯੂਰ ਪ੍ਰੋਪਰਟੀ ਬੈਂਕ। ਅਤੇ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਜੀ ਫਿਰ ਤੋਂ ਐਸਮਾ ਸਟੇਟ ਦੇ ਵਿੱਚ ਇੱਕ ਹੋਰ ਬਿਊਟੀਫੁੱਲ ਖੂਬਸੂਰਤ ਘਰ ਵਿਖਾਉਣ ਵਾਸਤੇ। ਸੋ ਲੈਟਸ ਸੀ, ਸਭ ਤੋਂ ਪਹਿਲਾਂ ਵੇਖਦੇ ਹਾਂ ਆਪਾਂ ਇਹਦਾ ਬਿਊਟੀਫੁੱਲ ਐਲੀਵੇਸ਼ਨ, ਰਾਈਟ। ਔਰ ਇੱਥੇ ਸੜਕਾਂ ਬਹੁਤ ਖੁੱਲੀਆਂ ਨੇ, ਗੇਟਡ ਸੁਸਾਇਟੀ ਆ, ਤੁਹਾਨੂੰ ਕਾਰ ਪਾਰਕਿੰਗ ਦੀ ਕੋਈ ਸਮੱਸਿਆ ਨਹੀਂ ਆ। ਬਹੁਤ ਸੋਹਣੀ ਗਰੀਨਰੀ ਮੇਨਟੇਨ ਆ, ਰਾਈਟ। ਇਸ ਪਾਸੇ ਵੇਖੋ ਤੁਸੀਂ, ਬਹੁਤ ਸੋਹਣੀ ਗਰੀਨਰੀ ਜਿਹੜੀ ਉਹ ਮੇਨਟੇਨ ਆ। ਔਰ ਬਿਊਟੀਫੁੱਲ ਜਿਹੜਾ ਗ੍ਰੇਨਾਈਟ ਦਾ ਇੱਥੇ ਤੁਹਾਨੂੰ ਜਿਹੜਾ ਰੈਂਪ ਮਿਲ ਜਾਂਦਾ, ਸੋ ਵੁਡਨ ਜਿਹੜਾ ਟੱਚ, ਵੁਡਨ ਡਿਜ਼ਾਇਨ। ਔਰ ਐਕਚੁਅਲ 'ਚ ਹੈਵ ਜਿਹੜਾ ਇਹ ਫੰਡਰ ਮੈਕਸ, ਰਾਈਟ। ਇਹ ਡਿਜ਼ਾਇਨ ਜਿਹੜਾ ਡੋਰ ਦਾ ਤੁਹਾਨੂੰ ਮਿਲ ਜਾਂਦਾ ਜੀ ਮੇਨ ਗੇਟ ਦਾ। ਸੋ ਮੇਨ ਗੇਟ ਤੋਂ ਆਪਾਂ ਅਗਰ ਐਂਟਰੈਂਸ ਕਰਦੇ ਹਾਂ ਅਤੇ ਅਗਰ ਆਪਾਂ ਪਾਰਕਿੰਗ ਸਪੇਸ ਵੇਖੀਏ ਤਾਂ ਇੱਥੇ ਕੋਈ ਵੀ ਵੱਡੀ ਗੱਡੀ, ਕੋਈ ਵੀ SUV ਕਾਰ ਇੱਥੇ ਆਪਾਂ ਪਾਰਕ ਕਰ ਸਕਦੇ ਹਾਂ, ਰਾਈਟ। ਔਰ ਇਸ ਤੋਂ ਬਾਅਦ ਆਪਾਂ ਇਸ ਪਾਸੇ ਵੇਖੀਏ ਘਰ ਦੇ, ਇੱਧਰ ਆਪਾਂ ਨੂੰ ਕਾਫੀ ਸਪੇਸ ਮਿਲ ਜਾਂਦੀ ਹੈ। ਔਰ ਇੱਧਰ ਇੱਕ ਛੋਟਾ ਪਾਊਡਰ ਰੂਮ, ਵਾਸ਼ਰੂਮ ਵੀ ਆਪਾਂ ਨੂੰ ਮਿਲ ਜਾਂਦਾ ਜੀ, ਰਾਈਟ। ਸੋ ਇਸ ਪਾਸੇ ਦੋਸਤੋ ਆਪਾਂ ਨੂੰ ਇਹ ਦੋ ਡੋਰਸ ਵੈਂਟੀਲੇਸ਼ਨ ਵੀ ਆ, ਔਰ ਅੰਦਰ ਲਾਈਟ ਵੀ ਦਿੰਦੀਆਂ ਨੇ ਔਰ ਸਾਡੀ ਵੈਲਕਮ ਕਰਦੀਆਂ ਨੇ। ਇਸ ਇੱਥੇ ਇੱਕ ਬਹੁਤ ਸੋਹਣਾ ਸਟੈਚੂ ਜਿਹੜਾ ਵਾ, ਬੁੱਧਾ ਸਟੈਚੂ, ਸਾਡਾ ਵੈਲਕਮ ਕਰਦਾ। ਨਾਲ ਦੀ ਨਾਲ ਗ੍ਰੀਨਰੀ ਮੇਨਟੇਨ ਕੀਤੀ ਹੋਈ ਆ, CNG ਇੱਥੇ ਅਵੇਲੇਬਲ ਆ, CNG ਆ ਜਾਊਗੀ। ਔਰ ਤੁਸੀਂ ਵੇਖੋ ਪੋਰਚ ਵਿੱਚ ਵੀ ਬਹੁਤ ਸੋਹਣੀ ਡਾਊਨ ਸੀਲਿੰਗ ਪਲੱਸ ਲਾਈਟ ਜਿਹੜੀ ਆ, ਸ਼ੈਂਡਰ ਦਾ ਕੰਬੀਨੇਸ਼ਨ ਆ। ਸੋ ਬਹੁਤ ਸੋਹਣਾ ਲੱਗਦਾ ਪਿਆ ਘਰ ਨੂੰ। ਇਸ ਤੋਂ ਬਾਅਦ ਅਗਰ ਆਪਾਂ ਐਂਟਰੈਂਸ ਦੀ ਗੱਲ ਕਰੀਏ ਤਾਂ ਐਂਟਰੈਂਸ 'ਤੇ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਮਿਲ ਜਾਂਦਾ ਜੀ ਮੈਸ਼ ਡੋਰ, ਜਾਲੀ ਵਾਲਾ ਦਰਵਾਜ਼ਾ। ਔਰ ਇਹਦੇ ਨਾਲ ਨਾਲ ਜਿਹੜਾ ਸਾਨੂੰ ਅੰਦਰ ਮਿਲੇਗਾ, ਮੈਂ ਤੁਹਾਨੂੰ ਦਿਖਾ ਦਿੰਦਾ ਜੀ, ਇਹ ਸੋਲਿਡ ਜਿਹੜਾ ਵਾ ਪੋਲਿਸ਼ ਵਾਲਾ ਪੀਕ ਡਿਜ਼ਾਇਨ ਦੇ ਵਿੱਚ ਡੋਰ। ਸੋ ਇੱਥੋਂ ਆਪਾਂ, ਸੋ ਹੁਣ ਆਪਾਂ ਆ ਗਏ ਜੀ ਬਹੁਤ ਖੂਬਸੂਰਤ ਲੌਬੀ ਦੇ ਵਿੱਚ, ਬਹੁਤ ਖੁੱਲ੍ਹੀ ਡੁੱਲੀ ਸਪੇਸ ਇੱਥੇ। ਇਸ ਪਾਸੇ ਆਪਾਂ ਨੂੰ ਇੱਕ ਸਿਟਿੰਗ ਏਰੀਆ ਮਿਲ ਜਾਂਦਾ, ਔਰ ਇਸ ਪਾਸੇ ਫਿਰ ਤੋਂ ਡਾਇਨਿੰਗ ਟੇਬਲ, ਸਾਹਮਣੇ LCD ਪੈਨਲ, ਔਰ ਬਹੁਤ ਖੂਬਸੂਰਤ ਵਾਲਪੇਪਰ, ਔਰ ਸ਼ਾਨਦਾਰ ਡਾਊਨ ਸੀਲਿੰਗ ਲੌਬੀ ਦੇ ਵਿੱਚ। ਔਰ ਇਸ ਪਾਸੇ ਡਰਾਇੰਗ ਰੂਮ, ਇਹ ਡਰਾਇੰਗ ਰੂਮ ਆਪਾਂ ਬਾਅਦ ਚੈੱਕ ਕਰਦੇ ਹਾਂ, ਉਸ ਤੋਂ ਪਹਿਲਾਂ ਆਪਾਂ ਵੇਖੀਏ ਇੱਥੇ ਇਹ ਵਾਸ਼ ਬੇਸ਼ਨ ਜੀ, ਔਰ ਇੱਥੇ ਗਲਾਸ। ਔਰ ਇਸ ਪਾਸੇ ਫਿਰ ਆਪਣੀ ਆ ਜਾਂਦੀ ਹੈ ਜੀ ਕਿਚਨ, ਕਿਚਨ ਦਾ ਬਹੁਤ ਸੋਹਣਾ ਵੇਖੋ ਕ੍ਰਾਸਟ ਕੰਬੀਨੇਸ਼ਨ ਕਲਰ ਦੇ ਨਾਲ ਜਿਹੜਾ ਕਿਚਨ ਬਣਿਆ ਹੋਇਆ। ਇਸ ਪਾਸੇ ਸਾਡਾ ਜਿਹੜਾ ਸ਼ਿੰਕ ਯੂਟੈਂਸਿਲਸ ਧੋਣ ਵਾਸਤੇ ਆ ਗਿਆ ਜੀ, ਔਰ ਇਸ ਪਾਸੇ ਸਟੋਵ ਆ ਗਿਆ, CNG ਫਿਟਡ ਆ, ਇਹ ਉੱਪਰ ਚਿਮਨੀ ਲੱਗੀ ਹੋਈ ਹੈ ਜੀ। ਬਹੁਤ ਸਾਰੀ ਸਪੇਸ ਆ ਕਿਚਨ ਦੇ ਵਿੱਚ, ਰਾਈਟ। ਔਰ ਕਿਚਨ 'ਚ ਵੀ ਬਹੁਤ ਸੋਹਣੀ ਡਾਊਨ ਸੀਲਿੰਗ ਹੋਈ ਹੋਈ ਆ, ਤੁਸੀਂ ਵੇਖ ਸਕਦੇ ਹੋ, ਰਾਈਟ। ਔਰ ਇਸ ਤੋਂ ਬਾਅਦ ਆਪਾਂ ਡਰਾਇੰਗ ਰੂਮ ਬਾਅਦ ਚੈੱਕ ਕਰਾਂਗੇ, ਆਪਾਂ ਸਭ ਤੋਂ ਪਹਿਲਾਂ ਵੇਖਦੇ ਹਾਂ ਜੀ ਗਰਾਊਂਡ ਫਲੋਰ ਦੇ ਉੱਤੇ ਫਸਟ ਬੈਡਰੂਮ। ਔਰ ਫਸਟ ਬੈਡਰੂਮ ਤੋਂ ਪਹਿਲਾਂ ਆਪਾਂ ਇਸ ਪਾਸੇ ਇੱਕ ਨਜ਼ਰ ਮਾਰ ਲਾਂਗੇ ਅਤੇ ਆਪਾਂ ਨੂੰ ਇੱਕ ਸਟੋਰ ਮਿਲ ਜਾਏਗਾ, ਰਾਈਟ। ਕਾਫੀ ਅੱਛੀ ਸਟੋਰੇਜ ਆਪਾਂ ਨੂੰ ਇਹਦੇ ਵਿੱਚ ਮਿਲ ਜਾਏਗੀ। ਔਰ ਜਿਵੇਂ ਆਪਾਂ ਗਰਾਊਂਡ ਫਲੋਰ ਦੇ ਫਸਟ ਬੈਡਰੂਮ 'ਚ ਆਉਂਦੇ ਹਾਂ, ਇੱਥੇ ਵੁਡਨ ਜਿਹੜਾ ਪੈਟਰਨ ਨੂੰ ਯੂਜ਼ ਕਰਦੇ ਹੋਏ ਟਾਈਲ ਇੱਥੇ ਲਾਈ ਆ। ਟਾਈਲ ਸਾਰੀ ਹੀ ਕੁਆਲਿਟੀ ਦੀ ਬ੍ਰਾਂਡਡ ਟਾਈਲ ਆ, ਵਿਟਰੀਫਾਈਡ ਟਾਈਲ ਆ। ਔਰ ਇਸ ਪਾਸੇ ਆਪਾਂ ਨੂੰ ਬੈੱਡ ਮਿਲ ਜਾਂਦਾ ਜੀ, ਬਹੁਤ ਸ਼ਾਨਦਾਰ ਡਿਜ਼ਾਈਨਰ ਬੈੱਡ। ਬੈੱਡ ਦੇ ਪਿੱਛੇ ਬਹੁਤ ਵਧੀਆ ਕੁਆਲਿਟੀ ਵਾਲਪੇਪਰ। ਉਸ ਪਾਸੇ ਸਾਨੂੰ ਇੱਕ ਮਿਲ ਜਾਂਦੀ ਜੀ ਕਬਰਡ, ਲੰਮਾ ਅਲਮੀਰਾ। ਔਰ ਬਿਲਕੁਲ ਜਿਹੜਾ ਵਾ ਇਹਦੇ ਸਾਹਮਣੇ ਇੱਥੇ ਆਪਾਂ ਨੂੰ LCD ਪੈਨਲ, ਔਰ ਇਹਦੇ ਨਾਲ ਨਾਲ ਆਪਾਂ ਨੂੰ ਮਿਲਦਾ ਜੀ ਅਟੈਚ ਬਾਥਰੂਮ, ਇੱਥੇ ਤੁਸੀਂ ਬਾਤ ਕਰ ਸਕਦੇ ਹੋ, ਰਾਈਟ। ਔਰ ਇੱਥੇ ਗੀਜ਼ਰ ਵਗੈਰਾ ਇੰਸਟਾਲ ਹੈ, ਸਾਰਾ ਕੁਛ ਬਹੁਤ ਹੀ ਖੂਬਸੂਰਤ ਕੰਬੀਨੇਸ਼ਨ ਟਾਈਲਸ ਦਾ ਕਰਕੇ ਜਿਹੜਾ ਬਾਥਰੂਮ ਹੈ, ਔਰ ਖੁੱਲ੍ਹਾ ਸਪੇਸ਼ੀਅਸ ਜਿਹੜਾ ਵਾ ਉਹ ਬਾਥਰੂਮ ਇੱਥੇ ਆਪਾਂ ਨੂੰ ਮਿਲ ਜਾਂਦਾ। ਸੋ ਇਸੇ ਹੀ ਗਰਾਊਂਡ ਫਲੋਰ ਦੇ ਫਸਟ ਬੈਡਰੂਮ ਦੇ ਨਾਲ ਆਪਾਂ ਨੂੰ ਪਿੱਛੇ ਬੈਕਯਾਰਡ ਦਾ ਜਿਹੜਾ ਵਾ ਉਹ ਜਾਣ ਦਾ ਰਸਤਾ ਮਿਲ ਜਾਂਦਾ ਵਾ। ਸੋ ਇੱਥੇ ਤੁਸੀਂ ਇਹਨੂੰ ਐਜ਼ ਏ ਵਾਸ਼ਿੰਗ ਏਰੀਆ, ਐਜ਼ ਏ ਸਟੋਰ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਇਸ ਏਰੀਏ ਨੂੰ। ਸੋ ਇਸ ਤੋਂ ਬਾਅਦ ਫਿਰ ਵਾਪਸ ਆਪਾਂ ਚੱਲਦੇ ਹਾਂ ਜੀ ਰੂਮ ਦੇ ਵਿੱਚ। ਕੋਈ ਵੀ ਵੈਂਟੀਲੇਸ਼ਨ ਦੀ ਜਾਂ ਲਾਈਟ ਦੀ
ਜਿਹੜੀ ਉਹ ਪ੍ਰੋਬਲਮ ਨਹੀਂ ਆ ਰਾਈਟ। ਔਰ ਇਹਦੇ ਉੱਤੇ ਬਹੁਤ ਖੂਬਸੂਰਤ ਤੁਸੀਂ ਵੇਖੋ ਡਾਊਨ ਸੀਲਿੰਗ ਵੀ ਹੋਈ ਹੋਈ ਆ ਇਸ ਰੂਮ ਦੇ ਵਿੱਚ, ਬਹੁਤ ਹੀ ਡਿਜ਼ਾਈਨਰ ਘਰ ਆ, ਮਜ਼ਾ ਆ ਜਾਂਦਾ ਜੀ ਇਹੋ ਜਿਹੇ ਘਰ 'ਚ ਰਹਿ ਕੇ। ਔਰ ਤੁਸੀਂ ਜਦੋਂ ਇਹ ਘਰ 'ਚ ਰਹੋਗੇ ਤਾਂ ਬਹੁਤ ਅੱਛਾ ਫੀਲ ਕਰੋਗੇ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ, ਇਹ ਇਸ ਪਾਸੇ ਸਟੇਅਰ ਕੇਸ ਆ, ਔਰ ਇਹ ਆਪਾਂ ਆ ਗਏ ਜੀ ਗਰਾਊਂਡ ਫਲੋਰ ਦੇ ਉੱਤੇ ਜਿਹੜਾ ਵਾ ਸੈਕਿੰਡ ਬੈਡਰੂਮ। ਸੈਕਿੰਡ ਬੈਡਰੂਮ ਦੇ ਵਿੱਚ ਵੀ ਬਹੁਤ ਖੂਬਸੂਰਤ ਉਸੇ ਤਰ੍ਹਾਂ ਤੁਸੀਂ ਵੇਖੋ ਵੁਡਨ ਟਾਈਲ ਯੂਜ਼ ਕੀਤੀ ਗਈ ਆ। ਔਰ ਉਸ ਤੋਂ ਬਾਅਦ ਤੁਸੀਂ ਇਹਦੀ ਵੇਖੋ ਡਾਊਨ ਸੀਲਿੰਗ, ਡਾਊਨ ਸੀਲਿੰਗ ਜਿਹੜੀ ਹੈ ਬਹੁਤ ਬਿਊਟੀਫੁਲ ਡਾਊਨ ਸੀਲਿੰਗ ਵਿਦ LED ਲਾਈਟਸ। ਇਸ ਪਾਸੇ ਤੁਹਾਨੂੰ ਮਿਲ ਜਾਂਦਾ ਜੀ TV ਪੈਨਲ, ਔਰ ਇੱਥੋਂ ਲਾਈਟ ਐਂਡ ਵੈਂਟੀਲੇਸ਼ਨ ਵਾਸਤੇ ਇੱਥੇ ਵਿੰਡੋ ਆ। ਉਸੇ ਤਰ੍ਹਾਂ ਹੀ ਬਹੁਤ ਸੋਹਣਾ ਡਿਜ਼ਾਈਨਰ ਬੈੱਡ ਵਿਦ ਲਾਈਟਸ, ਪਿੱਛੇ ਵਾਲਪੇਪਰ। ਔਰ ਇਸ ਪਾਸੇ ਸਾਹਮਣੇ ਤੁਹਾਨੂੰ ਮਿਲ ਜਾਂਦੀ ਹੈ ਜੀ ਕਬਰਡ, ਸਲਾਈਡਿੰਗ ਕਬਰਡ ਤੁਹਾਨੂੰ ਇਸ ਪਾਸੇ ਮਿਲ ਜਾਂਦੀ ਹੈ। ਸੋ ਇਸ ਬਾਥਰੂਮ ਦੇ ਨਾਲ ਸੋਰੀ ਇਸ ਰੂਮ ਦੇ ਨਾਲ ਸਾਨੂੰ ਮਿਲ ਜਾਂਦਾ ਜੀ ਡਰੈਸਿੰਗ ਰੂਮ। ਇਹ ਡਰੈਸਿੰਗ ਰੂਮ ਹੈ, ਔਰ ਡਰੈਸਿੰਗ ਰੂਮ ਔਰ ਅਟੈਚ ਬਾਥਰੂਮ। ਇਹ ਬਾਥਰੂਮ ਹੋਰ ਵੀ ਸਪੇਸ਼ੀਅਸ, ਹੋਰ ਵੀ ਖੁੱਲ੍ਹਾ ਹੈ। ਇਸ ਬਾਥਰੂਮ ਦੇ ਵਿੱਚ ਬਹੁਤ ਅੱਛੀ ਬ੍ਰਾਂਡਡ ਟਾਈਲ ਯੂਜ਼ ਕੀਤੀ ਗਈ ਹੈ, ਔਰ ਗ੍ਰੇ ਐਂਡ ਵਾਈਟ ਦਾ ਕੰਬੀਨੇਸ਼ਨ ਕਰਕੇ ਖੂਬਸੂਰਤ ਬਾਥਰੂਮ ਬਣਾਇਆ ਗਿਆ ਵਾ। ਉੱਪਰ ਫੈਨ ਵੀ ਇੰਸਟਾਲ ਆ, ਔਰ ਉੱਪਰ ਵੀ ਜਿਹੜਾ POP ਦਾ ਡਿਜ਼ਾਈਨ ਦਿੱਤਾ ਗਿਆ ਵਾ। ਇਸ ਤੋਂ ਬਾਅਦ ਆਪਾਂ ਵੇਖਾਂਗੇ ਜੀ ਘਰ ਦੀ ਖੂਬਸੂਰਤੀ, ਤਾਂ ਤੁਸੀਂ ਘਰ ਖੁਦ ਮੂੰਹ ਹੀ ਬਿਆਨ ਕਰ ਰਿਹਾ, ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਘਰ ਕਿੰਨਾ ਖੂਬਸੂਰਤ ਆ। ਇੱਥੇ ਇੱਕ ਜਿਹੜਾ ਮਾਰਬਲ ਸਟੋਨ ਟੇਬਲ ਵੀ ਅੱਛਾ ਲੱਗ ਰਿਹਾ। ਸੋ ਇਸ ਤੋਂ ਬਾਅਦ ਫਿਰ ਵਾਪਸ ਆਪਾਂ ਲੋਬੀ 'ਚ ਆ ਜਾਂਦੇ ਹਾਂ। ਲੋਬੀ 'ਚ ਮੈਂ ਥੋੜ੍ਹਾ ਦੱਸਣਾ ਚਾਹੂੰਗਾ, ਲੋਬੀ ਦੇ ਵਿੱਚ ਜਿਹੜੀ ਬਹੁਤ ਖੂਬਸੂਰਤ ਜਸਟ ਲਾਈਕ ਏ ਮਾਰਬਲ ਵਰਗੀ ਬਹੁਤ ਅੱਛੀ ਟਾਈਲ ਜਿਹੜੀ ਉਹ ਯੂਜ਼ ਕੀਤੀ ਗਈ ਆ। ਸੋ ਜਿਹੜੀ ਲੋਬੀ ਦੀ ਹੋਰ ਖੂਬਸੂਰਤੀ ਨੂੰ ਵਧਾਉਂਦੀ ਪਈ ਆ। ਸੋ ਇਸ ਤੋਂ ਬਾਅਦ ਆਪਾਂ ਹੁਣ ਵੇਖਾਂਗੇ ਜੀ ਗਰਾਊਂਡ ਫਲੋਰ 'ਤੇ ਜਿਹੜਾ ਡਰਾਇੰਗ ਰੂਮ ਆ। ਸੋ ਹੁਣ ਆਪਾਂ ਵੇਖਦੇ ਹਾਂ ਜੀ ਡਰਾਇੰਗ ਰੂਮ। ਡਰਾਇੰਗ ਰੂਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਵੇਖੀਏ ਜੀ ਫਲੋਰਿੰਗ। ਫਲੋਰਿੰਗ ਵੇਖੋ ਕਿੰਨੀ ਸ਼ਾਨਦਾਰ ਆ, ਬਲੈਕ ਐਂਡ ਜਿਹੜਾ ਵਾਈਟ ਔਰ ਇਹ ਸਾਰਾ ਮਿਕਸਚਰ ਟੋਨ ਜਿਹੜਾ ਕਰਕੇ ਫਰਸ਼ ਦੀ ਖੂਬਸੂਰਤੀ ਤੁਸੀਂ ਵੇਖੋ ਕਿੰਨੀ ਬਣ ਰਹੀ ਆ। ਔਰ ਸੋਫੇ ਤਾਂ ਬਿਊਟੀਫੁਲ ਹੈ ਹੀ ਹੈ, ਸਾਰੀ ਦੀਵਾਰਾਂ ਨੂੰ ਬੜਾ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਵਾ। ਔਰ ਡਾਊਨ ਸੀਲਿੰਗ ਵੇਖੋ ਤੁਸੀਂ, ਬਹੁਤ ਸੋਹਣੀ ਡਾਊਨ ਸੀਲਿੰਗ ਆ, ਬਿਲਕੁਲ ਬਿਊਟੀਫੁਲ। ਔਰ ਡਿਟੇਲਿੰਗ ਤੁਸੀਂ ਵੇਖੋ ਕਿੱਡੀ ਸੋਹਣੀ ਹੋਈ ਪਈ ਆ, ਡਾਊਨ ਸੀਲਿੰਗ ਦੀ ਡਿਟੇਲਿੰਗ ਜਿਹੜੀ ਉਹ ਬਹੁਤ ਵਧੀਆ। ਔਰ ਇਸ ਪਾਸੇ ਤੁਸੀਂ ਵੇਖ ਸਕਦੇ ਹੋ ਬਹੁਤ ਜਿਹੜਾ ਇੱਕ ਰੋਇਲ ਲੁੱਕ ਪੇਸ਼ ਕਰਦਾ ਹੋਇਆ ਜਿਹੜਾ ਇੱਕ ਵਾਲਪੇਪਰ ਇੰਸਟਾਲ ਕੀਤਾ ਗਿਆ। ਸੋ ਇਹ ਸਭ ਘਰ ਦੀ ਖੂਬਸੂਰਤੀ ਨੂੰ ਚਾਰ ਚੰਦ ਲਾਉਂਦੀਆਂ ਪਈਆਂ ਚੀਜ਼ਾਂ ਨੇ। ਔਰ ਇੱਦਾਂ ਦੇ ਖੂਬਸੂਰਤ ਘਰ ਪੰਜਾਬ ਦੇ ਵਿੱਚ ਬੜੀ ਮਾਣ ਵਾਲੀ ਗੱਲ ਆ, ਔਰ ਪੰਜਾਬ 'ਚ ਰਹਿਣਾ ਵੀ ਬੜੀ ਮਾਣ ਵਾਲੀ ਗੱਲ ਆ। ਸੋ ਹੁਣ ਅਸੀਂ ਤੁਹਾਨੂੰ ਵਿਖਾਵਾਂਗੇ ਜੀ ਫਸਟ ਫਲੋਰ ਐਂਡ ਸਟੇਅਰ। ਸੋ ਹੁਣ ਆਪਾਂ ਚੈੱਕ ਕਰਦੇ ਹਾਂ ਸਟੇਅਰ ਕੇਸ ਦੇ ਉੱਤੇ ਜਿਹੜੀ ਕੰਟਰੇਲ ਆ ਉਹ ਸਟੀਲ ਮਿਕਸ ਪਲੱਸ ਗਲਾਸ ਮਿਕਸ ਆ, ਔਰ ਬਹੁਤ ਹੀ ਅੱਛੀ ਖੂਬਸੂਰਤ 4 ਫੁੱਟ ਚੌੜੀ ਸਾਨੂੰ ਇੱਥੇ ਪੌੜੀ ਮਿਲ ਜਾਂਦੀ ਹੈ, ਔਰ ਬਲੈਕ ਜਿਹੜਾ ਗ੍ਰੇਨਾਈਟ ਪੌੜੀ ਦੇ ਉੱਤੇ ਲੱਗਾ ਹੋਇਆ ਜਿਹੜਾ ਇਹਨੂੰ ਖੂਬਸੂਰਤ ਬਣਾਉਂਦਾ। ਔਰ ਨਾਲ ਦੀ ਨਾਲ ਇਸ ਪਾਸੇ ਬਹੁਤ ਹੀ ਵਧੀਆ ਵਾਲਪੇਪਰ ਜਿਹੜਾ ਉਹ ਇੰਸਟਾਲ ਆ। ਸੋ ਇਹ ਹੋਰ ਇਸ ਕੰਧ ਨੂੰ ਬਹੁਤ ਹੀ ਖੂਬਸੂਰਤ ਕਰ ਦਿੰਦਾ ਸਟਾਰਟ। ਸੋ ਜਿਵੇਂ ਹੀ ਆਪਾਂ ਉੱਪਰ ਆਉਂਦੇ ਹਾਂ ਜੀ ਫਸਟ ਫਲੋਰ ਦੇ ਉੱਤੇ, ਸਭ ਤੋਂ ਪਹਿਲਾਂ ਇਹ ਬਹੁਤ ਸੋਹਣੇ ਦੇਖੋ ਇੱਥੇ ਰੈਕ ਬਣੇ ਨੇ ਜਿਹੜੇ ਸਾਡਾ ਵੈਲਕਮ ਕਰਦੇ ਆ, ਸਾਨੂੰ ਇੱਥੇ ਬਹੁਤ ਖੂਬਸੂਰਤ ਲੱਗਦੇ ਪਏ ਆ। ਇਸ ਪਾਸੇ ਦਾ ਵਾਲਪੇਪਰ ਮੈਂ ਤੁਹਾਨੂੰ ਦਿਖਾ ਚੁੱਕਾ। ਇਸ ਬਾਅਦ ਤੁਸੀਂ ਡਾਊਨ ਸੀਲਿੰਗ ਵੇਖੋ ਜਿਹੜੀ ਆ ਡਬਲ ਹਾਈਟ ਦੀ ਲੋਬੀ ਦਾ ਜਿਹੜੀ ਡਾਊਨ ਸੀਲਿੰਗ ਆ ਉਹ ਕਿੰਨਾ ਬਿਊਟੀਫੁਲ ਚੀਜ਼ ਲੱਗਦੀ ਪਈ ਆ। ਔਰ ਹੁਣ ਆਪਾਂ ਚੱਲਾਂਗੇ ਜੀ ਫਸਟ ਫਲੋਰ ਦੇ ਉੱਤੇ ਫਸਟ ਰੂਮ ਦੇ ਵਿੱਚ। ਇਹ ਰੂਮ ਬਹੁਤ ਖੂਬਸੂਰਤ ਆ, ਇਹਦੇ ਵਿੱਚ ਫਲੋਰਿੰਗ ਦੇਖੋ ਦੇਖਣ ਵਾਲੀ ਆ, ਵੱਖਰੇ ਪੈਟਰਨ ਦੀ ਬਹੁਤ ਹੀ ਅੱਛੀ ਫਲੋਰਿੰਗ ਆ। ਉਸ ਪਾਸੇ ਬਹੁਤ ਅੱਛਾ ਵਾਲਪੇਪਰ ਆ, ਔਰ ਜਿਹੜਾ ਡਾਊਨ ਸੀਲਿੰਗ ਜਿਹੜੀ ਆ ਬਹੁਤ ਖੂਬਸੂਰਤ ਆ। ਔਰ ਬਾਕੀ ਜਿਹੜਾ ਇਹ ਘਰ ਦੇ ਵਿੱਚ ਕਿਉਂਕਿ ਇਹਨਾਂ ਦਾ ਬਿਜ਼ਨਸ ਇਹ ਆ, ਔਰ ਇਸ ਕਰਕੇ ਉਹ ਬਹੁਤ ਸਾਰਾ ਸਮਾਨ ਇੱਥੇ ਉਹ ਬਿਜ਼ਨਸ ਰਿਲੇਟਡ ਪਿਆ, ਔਰ ਹੋਰ ਖੂਬਸੂਰਤ ਲੱਗ ਰਿਹਾ। ਸੋ ਇਸ ਕਮਰੇ ਨੂੰ ਹੋਰ ਡਿਟੇਲ ਨਹੀਂ ਕਰਾਂਗੇ। ਸੋ ਹੁਣ ਆਪਾਂ ਚੱਲਦੇ ਹਾਂ ਜੀ ਫਸਟ ਫਲੋਰ ਦੇ ਨੈਕਸਟ ਬੈਡਰੂਮ ਦੇ ਵਿੱਚ। ਸੋ ਨੈਕਸਟ ਬੈਡਰੂਮ 'ਚ ਆਪਾਂ ਜਦੋਂ ਵੇਖਦੇ ਹਾਂ ਤਾਂ ਨੈਕਸਟ ਬੈਡਰੂਮ 'ਚ ਦੇਖੋ ਬਹੁਤ ਹੀ ਖੂਬਸੂਰਤ, ਇੱਥੇ ਵੀ ਟਾਈਲ
ਉਸ ਤੋਂ ਬਾਅਦ ਡਾਊਨ ਸੀਲਿੰਗ, ਬਿਊਟੀਫੁਲ ਵਾਲਪੇਪਰ ਇਸ ਪਾਸੇ ਸਾਨੂੰ ਮਿਲ ਜਾਂਦਾ ਜੀ। ਡਾਊਨ ਸੀਲਿੰਗ ਇੱਕ ਵੱਖਰੇ ਹੀ ਪੈਟਰਨ ਦੀ ਸ਼ਾਨਦਾਰ ਮਿਲ ਜਾਂਦੀ ਹੈ। ਇਸ ਪਾਸੇ ਇਹ ਆਪਾਂ ਨੂੰ ਜਿਹੜੀ ਹੈ ਵਿੰਡੋ, ਇੱਥੋਂ ਇਹਨੂੰ ਇਸ ਤਰ੍ਹਾਂ ਆਪਾਂ, ਮੈਂ ਤੁਹਾਨੂੰ ਕੋਈ ਵੀ ਘੁਮਾ ਕੇ ਨਹੀਂ ਦਿਖਾਈ, ਇਹ ਦਿਖਾ ਦਿੰਦਾ ਇਸ ਤਰ੍ਹਾਂ ਆਪਾਂ ਇਹ ਵਿੰਡੋ ਨੂੰ, ਇੱਥੋਂ ਆਪਾਂ ਲਾਈਟ, ਆਹ ਦੇਖੋ ਇੱਥੋਂ ਲਾਈਟ ਐਂਡ ਵੈਲਟੀਨੇਸ਼ਨ ਰੂਮ 'ਚ ਆਉਂਦੀ ਰਹੇਗੀ। ਸੋ ਇਸ ਰੂਮ ਦੇ ਨਾਲ ਅਟੈਚ ਸਾਨੂੰ ਮਿਲ ਜਾਂਦੀ ਹੈ ਜੀ ਬਾਲਕੋਨੀ। ਬਾਲਕੋਨੀ ਦਾ ਵਿਊ ਤਾਂ ਬਹੁਤ ਹੀ ਖੂਬਸੂਰਤ ਆ। ਦੂਸਰੇ ਰੂਮ ਨੂੰ ਵੀ ਲਾਈਟ ਐਂਡ ਵੈਲਟੀਨੇਸ਼ਨ ਆ, ਕੋਈ ਪ੍ਰੋਬਲਮ ਨਹੀਂ ਹੈ। ਔਰ ਆਹ ਦੇਖੋ ਕਿੰਨੀ ਸੋਹਣੀ ਇੱਥੇ ਇਹਨਾਂ ਨੇ ਸੈਟੀ ਲਗਾ ਕੇ ਰੱਖੀ ਹੈ, ਤੁਸੀਂ ਇੱਥੇ ਬੈਠ ਕੇ ਸ਼ਾਮ ਦਾ ਮਜ਼ਾ ਇੰਜੋਏ ਕਰ ਸਕਦੇ ਹੋ। ਵੈਸੇ ਹੁਣ ਸ਼ਾਮ ਹੀ ਹੈ, ਸਾਹਮਣੇ ਦਾ ਵੇਖੋ ਵਿਊ ਕਿੰਨਾ ਵਧੀਆ, ਬਾਹਰ ਗਲੀ ਦਾ ਵਿਊ ਜਿਹੜਾ ਉਹ ਵੇਖ ਸਕਦੇ ਹੋ। ਸੋ ਇਸ ਰੂਮ ਤੋਂ ਬਾਅਦ ਆਪਾਂ ਵਾਪਸ ਫਸਟ ਫਲੋਰ ਲੋਬੀ 'ਚ ਆ ਜਾਂਦੇ ਹਾਂ, ਅਤੇ ਇਸ ਪਾਸੇ ਆ ਜੀ ਮੰਦਰ। ਅਤੇ ਹਮੇਸ਼ਾ ਦੀ ਤਰ੍ਹਾਂ ਮੈਂ, ਤੁਹਾਨੂੰ ਪਤਾ, ਸ਼ੂਜ਼ ਪਾਏ, ਇਸ ਕਰਕੇ ਮੈਂ ਮੰਦਰ 'ਚ ਨਹੀਂ ਜਾਵਾਂਗਾ। ਸੋ ਇਹ ਮੰਦਰ, ਇੱਥੇ ਆ ਜਾਂਦੇ ਜੀ ਸਟੇਅਰ ਕੇਸ। ਸਟੇਅਰ ਕੇਸ ਦੇ ਨਾਲ ਇਹ ਵੀ ਸਟੇਅਰ ਕੇਸ, ਸਟੀਲ ਗ੍ਰਿਲ ਸਾਨੂੰ ਇੱਥੇ ਮਿਲ ਜਾਂਦੀ ਹੈ, ਨਾਲ ਬਲੈਕ ਜਿਹੜਾ ਉਹ ਗ੍ਰੇਨਾਈਟ ਯੂਜ਼ ਕੀਤਾ ਗਿਆ। ਇਸ ਪਾਸੇ ਵੀ ਸਾਨੂੰ ਸਟੋਰੇਜ ਮਿਲ ਜਾਂਦੀ ਹੈ ਸਟੇਅਰ ਕੇਸ ਦੇ ਕੋਲ ਕਾਫੀ। ਇਹ ਰੂਫ 'ਤੇ ਜਾਣ ਲਈ ਸਟੇਅਰ ਕੇਸ ਹੈ, ਆਪਾਂ ਤੁਹਾਨੂੰ ਰੂਫ ਟੋਪ ਹੁਣੇ ਵਿਖਾਉਂਦੇ ਹਾਂ। ਔਰ ਇੱਥੇ ਆਪਾਂ ਨੂੰ ਮਿਲ ਜਾਂਦਾ ਜੀ ਇੱਕ ਕੋਮਨ ਵਾਸ਼ਰੂਮ। ਸੋ ਇੱਕ ਫਸਟ ਫਲੋਰ ਦੇ ਉੱਤੇ ਕੋਮਨ ਇੱਕ ਵਾਸ਼ਰੂਮ ਹੈ। ਔਰ ਇਸ ਤੋਂ ਬਾਅਦ ਫਸਟ ਫਲੋਰ ਦੇ ਉੱਤੇ ਸਾਨੂੰ ਬੈਕ ਯਾਰਡ ਦੇ ਇੱਕ ਵਿਹੜਾ ਮਿਲ ਜਾਂਦਾ ਜੀ। ਸੋ ਇਹ ਖੂਬਸੂਰਤ ਵਿਹੜਾ ਸਾਨੂੰ ਮਿਲ ਜਾਂਦਾ, ਤੁਸੀਂ ਇੱਥੇ ਬਹਿ ਕੇ ਸ਼ਾਮ ਨੂੰ ਇੱਥੇ ਵੀ ਇੰਜੋਏ ਕਰ ਸਕਦੇ ਹੋ। ਇਹ ਖੂਬਸੂਰਤ ਜਗ੍ਹਾ ਸਾਨੂੰ ਸਾਰੀ ਇੱਥੇ ਆ, ਅੱਛੀ ਵੇਖੋ ਟਾਈਲ ਫਿਨਿਸ਼ ਦੇ ਨਾਲ ਜਿਹੜਾ ਇਹ ਸਾਰਾ ਵਿਹੜਾ ਤੁਹਾਨੂੰ ਇੱਥੇ ਮਿਲ ਜਾਂਦਾ। ਸੋ ਇਹ ਸਟੇਅਰ ਕੇਸ ਆਪਾਂ ਆ ਰਹੇ ਹਾਂ ਜੀ ਰੂਫ ਟੋਪ ਦੇ ਉੱਤੇ। ਔਰ ਇੱਥੇ ਵੀ ਤੁਹਾਨੂੰ ਦੇਖੋ ਕਾਫੀ ਮਾਊਂਟੀ ਦੇ ਉੱਤੇ ਨਾ ਸਪੇਸ ਮਿਲ ਜਾਂਦੀ ਹੈ, ਇਹਨੂੰ ਤੁਸੀਂ ਐਜ਼ ਏ ਸਟੋਰ ਯੂਜ਼ ਕਰ ਸਕਦੇ ਹੋ। ਇਹ ਜਗ੍ਹਾ ਦੇਖੋ, ਰਾਈਟ, ਇੱਥੇ ਇਨਵੇਟਰ ਇੰਸਟਾਲ ਆ। ਸੋ ਹੁਣ ਅਸੀਂ ਆ ਗਏ ਹਾਂ ਜੀ ਬਿਲਕੁਲ ਰੂਫ ਟੋਪ ਦੇ ਉੱਤੇ। ਸੋ ਇਹ ਛੱਤ ਦੇ ਉੱਤੇ ਤੁਸੀਂ ਵੇਖ ਕੇ ਆਲੇ ਦੁਆਲੇ ਦਾ ਮਜ਼ਾ ਲੈ ਸਕਦੇ ਹੋ। ਔਰ ਅੱਛਾ ਮਹੱਲਾ ਹੈ, ਗੱਡੀਆਂ ਖੜੀਆਂ ਥੱਲੇ ਦਿਖ ਰਹੀਆਂ ਨੇ ਔਰ ਬੜੀਆਂ ਖੂਬਸੂਰਤ ਲੱਗ ਰਹੀਆਂ ਨੇ। ਦੇਖੋ ਆ ਥੱਲੇ ਗੱਡੀਆਂ ਖੜੀਆਂ ਜਿਹੜੀਆਂ ਨੇ, ਕਿੰਨੀਆਂ ਖੂਬਸੂਰਤ ਲੱਗ ਰਹੀਆਂ ਨੇ। ਸੋ ਦੋਸਤੋ ਇਹ ਅਸੀਂ ਤੁਹਾਨੂੰ ਵਿਖਾਇਆ ਜੀ 27x60 ਦਾ, ਜਾਣੀ ਕਿ 180 ਸਕੁਏਅਰ ਯਾਰਡ ਦਾ ਇੱਕ ਸ਼ਾਨਦਾਰ ਵਿਲਾ। ਇਸ ਵਿਲੇ ਦੀ ਜਿਹੜੀ ਆਸਕਿੰਗ ਪ੍ਰਾਈਜ਼ ਆ ਉਹ 85 ਲੈ ਕੇ, ਜਾਣੀ ਕਿ 85 ਲੱਖ ਆ, ਨੈਗੋਸੀਏਸ਼ਨ ਹੋ ਜਾਏਗੀ। ਔਰ ਅਗਰ ਤੁਸੀਂ ਇਸ ਤਰ੍ਹਾਂ ਦੀ ਕੋਈ ਖੂਬਸੂਰਤ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ, ਜਾਂ ਇਹੀ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਪ੍ਰੋਪਰਟੀ ਸੈੱਲ ਵੀ ਕਰਨਾ ਚਾਹੁੰਦੇ ਹੋ, ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਵੀਡੀਓ ਦੇਖਣ ਲਈ, ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ, ਜੁੜੇ ਰਹੋ, ਥੈਂਕ ਯੂ ਵੈਰੀ ਮੱਚ।